ਕੀ ਮਾਮਲਾ ਜੀ ਅੱਜ ਜਿਹੜੀ ਗੋਲੀ ਚੱਲੀ ਹੋਈ ਇਹ ਸ਼ਾਮ ਨੂੰ ਅੱਜ ਸਾਨੂੰ ਇਨਫੋਰਮੇਸ਼ਨ ਆਈ ਸੀਗੀ ਬੱਕਰਖਾਨੇ ਚੌਂਕ ਦੇ ਲਾਗੇ ਘਰ ਹੈਗਾ ਸਨੀ ਨਾਂ ਦਾ ਮੁੰਡਾ ਹੈਗਾ ਉਹ ਘਰ ਦੇ ਵਿੱਚ ਆਪਣੇ ਬੈਠਾ ਸੀਗਾ ਅਤੇ ਤਿੰਨ ਬੰਦੇ ਜਿਹੜੇ ਹੈਗੇ ਆਏ ਹੈਗੇ ਮੌਕੇ 'ਤੇ ਔਰ ਇਹਨਾਂ ਦੇ ਰਿਸ਼ਤੇਦਾਰੀ ਹੈਗੇ ਆਪਸ ਦੇ ਵਿੱਚ ਇੱਕ ਮਾਮੇ ਦਾ ਜਵਾਈ ਹੈ ਇਹਨਾਂ ਦਾ ਅਤੇ ਉਹਦੇ ਨਾਲ ਇੱਕ ਹੋਰ ਮੁੰਡਾ ਸੀ ਲੋਕਲ ਰਹਿਣ ਵਾਲਾ ਇੱਕ ਉਹ ਸੀਗਾ ਅਤੇ ਇੱਕ ਉਹਦੇ ਨਾਲ ਅਨਨੋਨ ਬੰਦਾ ਸੀਗਾ ਇਹਨਾਂ ਦੀ ਆਪਸ ਦੇ ਵਿੱਚ ਕੋਈ ਪਰਿਵਾਰਕ ਪਹਿਲਾਂ ਕਈ ਦਿਨ ਪਹਿਲਾਂ ਵੀ ਪਰਿਵਾਰਕ ਤੌਰ ਦੇ ਉੱਤੇ ਇਹਨਾਂ ਦਾ ਆਪਸ 'ਚ ਘਰੇਲੂ ਝਗੜਾ ਹੋਇਆ ਸੀਗਾ ਉਸ ਸੰਬੰਧ ਵਿੱਚ ਜਿਹੜਾ ਉਹ ਅੰਦਰ ਆ ਗਏ ਉਹਦੇ ਨਾਲ ਬੈਠੇ ਬਹਿ ਕੇ ਗੱਲਬਾਤ ਉੱਤੇ ਉਹਦੇ ਚਾਰ ਜਿਹੜੇ ਹੈਗੇ ਆ ਸ਼ਾਰਟ ਬੁਲਟ ਜਿਹੜੇ ਹੈਗੇ ਆ ਮਾਰ ਕੇ ਚਲੇ ਗਏ ਆ ਜਿਹੜਾ ਇੱਕ ਸ਼ਾਰਟ ਉਹਦੀ ਬੱਖੀ 'ਚ ਆ ਅਤੇ ਬਾਕੀ ਤਿੰਨ ਲੱਤ 'ਚ ਹੈਗੇ ਆ ਅਤੇ ਜਦੋਂ ਇਮੀਡੀਏਟਲੀ ਸਾਨੂੰ ਪਤਾ ਲੱਗਾ ਅਸੀਂ ਮੌਕੇ 'ਤੇ ਗਏ ਇਹ ਸਿਵਲ ਹਸਪਤਾਲ ਮੁੰਡਾ ਇਹ ਜਿਹੜਾ ਦਾਖਲ ਹੈ ਸਨੀ ਅਤੇ ਅੰਡਰ ਟ੍ਰੀਟਮੈਂਟ ਹੈਗਾ ਇਹ ਅਤੇ ਇਹਦਾ ਭਰਾ ਜਿਹੜਾ ਬੰਟੀ ਆ ਉਹਦੇ ਬਿਆਨ 'ਤੇ ਅਸੀਂ ਪਰਚਾ ਦੇ ਰਹੇ ਹਾਂ ਇੱਕ ਜਿਹੜੀ ਇਹਨਾਂ ਦੀ ਮਾਮੀ ਲੱਗਦੀ ਆ ਉਹ ਮਾਮੇ ਦਾ ਹੈਗੀ ਮਾਮੇ ਦੇ ਜਵਾਈ ਹੈਗਾ ਉਹ ਮਾਮੇ ਦੇ ਵੀ ਇਹ ਕਹਿੰਦੇ ਮਿਲੀ ਭੁਗਤ ਨਾਲ ਸਾਰਾ ਕੁਛ ਹੋਇਆ ਹੈਗਾ ਅਤੇ ਮਾਮੇ ਨੂੰ ਅਸੀਂ ਰਾਊਂਡ ਅਪ ਕਰ ਰਹੇ ਹਾਂ ਔਰ ਜੋ ਬਣਦੀ ਕਾਨੂੰਨੀ ਕਾਰਵਾਈ ਹੈਗੀ ਆ ਉਹ ਅਸੀਂ ਕਰ ਰਹੇ ਹਾਂ ਔਰ ਮੌਕੇ 'ਤੇ ਅਸੀਂ ਜਿਹੜੇ ਹੈਗੇ ਖੋਲ ਬਰਾਮਦ ਕਰ ਲਿਆ ਅਤੇ ਜੋ ਇੱਦਾਂ ਬਿਆਨ ਲਿਖਾਉਣਗੇ ਉਸ ਮੁਤਾਬਕ ਕਾਰਵਾਈ ਕਰਕੇ ਜਿਹੜੇ ਆ ਮੁਲਜ਼ਮ ਫੜ ਲੈਣਗੇ ਠੀਕ ਥੈਂਕ ਯੂ ਸਰ